ਸਾਬਕਾ ਪ੍ਰਧਾਨ ਨਵਜੋਤ ਸਿੱਧੂ ਗੁਰਦਾਸਪੁਰ ਦੇ ਪਿੰਡ ਫੁੱਲੜਾ ਪਹੁੰਚੇ ਜਿੱਥੇ ਉਨ੍ਹਾਂ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਨਾਲ ਹੀ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਬੱਚਿਆਂ ਦੇ ਹੱਥ ਆ ਗਈ ਹੈ ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ ਸਿੱਧੂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਨਾਲ ਹੀ ਕੋਈ ਕਾਰਵਾਈ ਨਾ ਹੋਣ ਦੀ ਸਥਿਤੀ 'ਚ ਰੋਸ ਪ੍ਰਦਰਸ਼ਨ ਦੀ ਵੀ ਚੇਤਾਵਨੀ ਦਿੱਤੀ ਹੈ ਦੋ ਦੋ ਕਿਲਿਆਂ ਦੇ ਉੱਤੇ ਕਬਜ਼ਾ ਕਰਾਉਣ ਆਏ ਆ ਪੁਲਿਸ ਨਾਲ ਲੈ ਕੇ ਆਏ ਆ ਤੇ ਇੱਥੋਂ ਕਹਿੰਦੇ ਆ ਜੀ ਕਿ ਕਾਂਗਰਸ ਦੇ ਸਰਪੰਚ ਨੇ ਗੋਲੀ ਚਲਾਤੀ ਉਹ 60 ਬੰਦੇ ਗੋਲੀ ਚਲਾ ਰਹੇ ਉਹਦੇ ਤੇ ਉਹ ਕੀ ਕਰੂਗਾ ਆਪਦੇ ਖੇਤ ਦੇ ਵਿੱਚ ਸੈਲਫ ਡਿਫੈਂਸ ਵੀ ਨਹੀਂ ਕਰੂ ਇਹ ਜਿਹੜੀ ਇਹ ਜੋ ਕੁਛ ਹੋ ਰਿਹਾ ਨਾ ਇਹ ਜੋ ਕੁਛ ਹੋ ਰਿਹਾ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ ਇਹ ਜਿਹੜੀ ਬਦਲਾਅ ਵਾਲੀ ਗੱਲ ਹੈ ਨਾ ਇਹ ਲੋਕਾਂ ਨੇ ਉਤਰ ਜਾਣਾ ਸਾਰਾ ਕੁਛ ਇਹ ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ ਪੰਜਾਬੀ ਸਾਡੀਆਂ ਬਾਵਾਂ ABP ਸਾਂਝਾ ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ ABP ਸਾਂਝਾ ਜੋਸ਼ ਜਜ਼ਬਾ ਜਨੂੰਨ